ਹਾਂਜੀ ਨਿੱਜਰ ਸਾਹਿਬ, ਹਾਂਜੀ ਨਿੱਜਰ ਸਾਹਿਬ, ਅੱਜ ਆਪਾਂ ਇਕੱਠੇ ਹੋਏ ਹਾਂ ਅਤੇ ਮੈਂ ਸੋਚਿਆ ਕਿ ਤੁਹਾਡੇ ਕੋਲ ਬੈਠ ਕੇ ਕੁਛ ਆਜ਼ਾਦ ਜਲੰਧਰੀ ਸਾਹਿਬ ਜੋ 25 ਮਈ ਨੂੰ 2024 ਅਕਾਲ ਚਲਾਣਾ ਕਰ ਗਿਆ ਔਰ 9 ਜੂਨ 2024 ਨੂੰ ਯਾਨੀ ਕਿ ਕੱਲ੍ਹ ਨੂੰ ਉਹਨਾਂ ਦਾ ਸੰਸਕਾਰ ਹੈ, ਆਪਾਂ ਉੱਥੇ ਵੀ ਇਕੱਠੇ ਹੋਣਾ ਹੈ ਅਤੇ ਮੈਂ ਚਾਹੁੰਦਾ ਕਿ ਉਹਨਾਂ ਦੇ ਪ੍ਰਤੀ ਤੁਹਾਨੂੰ ਜੋ ਜਾਣਕਾਰੀ ਹੈ, ਜੋ ਤੁਸੀਂ ਉਹਨਾਂ ਤੋਂ ਕੁਛ ਲਰਨ ਕੀਤਾ ਹੈ, ਜੋ ਵੀ ਤੁਸੀਂ ਉਹਨਾਂ ਪ੍ਰਤੀ ਜਾਣਕਾਰੀ ਰੱਖਦੇ ਹੋ, ਇਹ ਆਪਾਂ ਅਦਾਰਾ ਦੇ ਦੁਆਬਾ ਜਾਂ ਦੇਸ਼ ਦੁਆਬਾ TV ਚੈਨਲ ਆਪਣਾ YouTube ਹੈ ਉਹਦੇ ਪ੍ਰਤੀ ਪਾਠਕਾਂ ਤੱਕ ਸਾਂਝੀ ਕਰੀਏ, ਤਾਂ ਕਿ ਜਿਹੜਾ ਪੰਜਾਬੀ ਸਹਿਤ ਸਭਾ ਦੇ ਤੁਸੀਂ ਕੈਲੀਫੋਰਨੀਆ ਦੇ ਪ੍ਰਧਾਨ ਹੋ, ਇਸ ਨਾਤੇ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ ਜੀ। ਥੈਂਕ ਯੂ ਜੀ। ਚੰਬਰ ਸਾਹਿਬ, ਕੱਲ੍ਹ ਪਤਾ ਨਹੀਂ ਕਿਹਦੀ ਮਿੱਟੀ ਗੋਰੀ ਪੈ ਜਾਣੀ, ਵਾਰੋ ਵਾਰੀ ਸਭ ਨੇ ਜਾਣਾ ਜਿੱਦਾਂ ਵਾਰੀ ਆ ਜਾਣੀ, ਇੱਕ ਮੁਸਾਫਰ ਇੱਕ ਸਟੇਸ਼ਨ ਬੈਠ ਮੁਸਾਫਰ ਮੰਜ਼ਿਲ ਕਦੇ ਨਾ ਪਾਵੇ, ਕਿਸੇ ਦੀ ਮੰਜ਼ਿਲ ਮਿਲ ਜਾਣੀ ਕਿਸੇ ਦੀ ਹੈਕ ਹੋ ਜਾਣੀ। ਆਜ਼ਾਦ ਸਾਹਿਬ ਵੀ ਆਪਣੀ ਜ਼ਿੰਦਗੀ ਦਾ ਸਫ਼ਰ ਪੂਰਾ ਕਰਕੇ ਸਾਡੇ ਸਾਰਿਆਂ ਤੋਂ ਵਿਛੜ ਗਏ ਆ, ਅਲਵਿਦਾ ਕਹਿ ਗਏ ਇਸ ਦੁਨੀਆਂ ਨੂੰ। ਅਤੇ ਜੇ ਅੱਜ ਆਜ਼ਾਦ ਜਲੰਧਰੀ ਜੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਵਿੱਚ ਉਹ ਕਿਹੜੀ ਸ਼ਖਸੀਅਤ ਨਹੀਂ ਆਪਾਂ ਲੱਭ ਸਕਦੇ। ਮੈਂ ਤਾਂ ਇਹ ਕਹੂੰਗਾ ਵੀ ਅੱਜ ਆਜ਼ਾਦ ਜਲੰਧਰੀ ਜੀ ਨਹੀਂ, ਸਾਡੇ ਕੋਲੋਂ ਇੱਕ ਗੁਰੂ, ਸੰਤ, ਫਕੀਰ, ਸੂਫੀ, ਸਾਧ, ਭੱਦਰ ਪੁਰਸ਼, ਚੰਗਾ ਇਨਸਾਨ, ਵਧੀਆ ਲਿਖਾਰੀ ਜਿਹੜੇ ਕਿ ਲੱਭਣੇ ਬਹੁਤ ਔਖੇ ਆ, ਇਹੋ ਜਿਹੇ ਨਿਮਰਤਾ ਸ਼ਾਂਤ ਸੁਭਾਅ ਵਾਲੇ ਜਿਹੜੇ ਕਿ ਸਿਰਫ ਲਿਖਣ ਦਾ ਹੀ ਆਪਣਾ ਫਰਜ਼ ਸਮਝਦੇ ਸੀ, ਨਾ ਕਿਸੇ ਸਨਮਾਨ ਮਗਰ ਨੱਠੇ, ਨਾ ਕਿਸੇ ਪੈਸੇ ਮਗਰ ਨੱਠੇ। ਗੀਤਕਾਰ ਤੁਸੀਂ ਮਤਲਬ ਨਾ ਲਵੋ ਸਾਹਿਤ ਦੇ ਵਿੱਚ ਨਹੀਂ, ਕਿਹੜੀ ਬਾਣੀ ਦੇ ਵਿੱਚ ਨਹੀਂ ਲਿਖਿਆ, ਉਹ ਜਿਹੜੀ ਰੂਹ ਸਭ ਤੋਂ ਵਿਛੜੀ ਆ, ਬੇਸ਼ੱਕ ਚੰਗੀ ਉਮਰ ਵਧੀਆ ਉਮਰ ਭੋਗ ਕੇ ਗਏ ਆ, ਪਰ ਫਿਰ ਵੀ ਇਹੋ ਜਿਹੀਆਂ ਰੂਹਾਂ, ਇਹੋ ਜਿਹੀਆਂ ਲਿਖਾਰੀ, ਇਹੋ ਜਿਹੀਆਂ ਕਲਮਾਂ ਜਿਹੜੀਆਂ ਉਹੀ ਸਾਡੇ ਸਮਾਜ ਨੂੰ ਸੇਧ ਦੇ ਸਕਦੀਆਂ, ਉਹੀ ਸਾਡੇ ਸਾਹਿਤ ਨੂੰ ਜਿੰਦਾ ਰੱਖ ਸਕਦੀਆਂ, ਉਹੀ ਸਾਡੇ ਸਾਹਿਤ ਨੂੰ ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਬਣਾ ਸਕਦੀਆਂ। ਅਤੇ ਜਿੱਦਾਂ ਹੀ ਆਜ਼ਾਦ ਸਾਹਿਬ ਦੀ ਖਬਰ ਪਿਛਲੇ ਹਫ਼ਤੇ ਮਿਲੀ ਸੀ ਭਾਅ ਜੀ ਚਰਨ ਹੋਣਾ ਤੋਂ, ਮਾਈਕ ਰਾਲ ਮਨਜੀਤ ਰਾਲ ਨੇ ਦੱਸਿਆ ਸੀ, ਅਤੇ ਮਨ ਨੂੰ ਇੱਕਦਮ ਸ਼ੌਕ ਤਾਂ ਹੋਇਆ ਵੀ, ਕਿਉਂਕਿ ਅਕਸਰ ਜਦੋਂ ਦਾ ਮੈਂ ਉਹਨਾਂ ਨੂੰ ਜਾਣਦਾ ਹਾਂ 2007-08 ਤੋਂ, ਅਕਸਰ 6 ਮਹੀਨੇ ਉਹ ਮੈਨੂੰ ਕਾਲ ਕਰਦੇ ਹੁੰਦੇ ਸੀ, ਕਿਉਂਕਿ ਉਹਨਾਂ ਦੇ ਬੜੇ ਕਲੋਜ਼ ਦੋਸਤ ਸੀਗੇ ਹਰਭਜਨ ਬੈਂਸ ਗਦਨ ਕੋਲ, ਅਤੇ ਉਹਨਾਂ ਨੇ ਉਹਨਾਂ ਨੂੰ ਕਾਲ ਕਰਨੀ, ਜਦੋਂ ਬੈਂਸ ਸਾਹਿਬ ਨੇ ਨਾ ਚੱਕਣਾ ਤਾਂ ਫਿਰ ਮੈਨੂੰ ਕਾਲ ਕਰਨੀ, ਕਹਿਣਾ ਬੈਂਸ ਸਾਹਿਬ ਨਾਲ ਗੱਲ ਹੋਈ, ਮੈਂ ਕਹਿਣਾ ਹੋਈ, ਕੀ ਹਾਲ ਚਾਲ ਉਹਨਾਂ ਦਾ, ਮੈਨੂੰ ਠੀਕ ਆ, ਕਹਿਣਾ ਮੈਂ ਫੋਨ ਕੀਤਾ ਮੈਨੂੰ ਚੱਕਿਆ ਨਹੀਂ। ਮੈਂ ਆਹ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਨਹੀਂ, ਮੈਂ ਕਹਿੰਦਾ ਉਹਦੀ ਕਾਲ ਕੀਤੀ, ਬਿਮਾਰ ਸੀ, ਪਰ ਉਦੋਂ ਪਹਿਲਾਂ ਹਰੇਕ 6 ਮਹੀਨੇ 3 ਮਹੀਨੇ ਉਹਨੇ ਕਾਲ ਕਰਨੀ, ਔਰ ਉਹਨੇ ਮੈਨੂੰ ਕਾਲ ਕਰਕੇ ਕਦੀ ਇਹ ਨਹੀਂ ਕਿਹਾ ਸੀ ਕਿ ਤੂੰ ਕੀ ਲਿਖਿਆ ਜਾਂ ਮੈਂ ਕੀ ਲਿਖਿਆ, ਉਹਨੇ ਪਹਿਲਾਂ ਗੱਲਬਾਤ ਕਰਨੀ, ਹਾਲ ਚਾਲ ਪੁੱਛਣਾ, ਫਿਰ ਉਹਨੇ ਕਹਿਣਾ ਮੈਨੂੰ ਸੁਣਾ ਹੁਣ ਤੂੰ ਕੀ ਲਿਖਿਆ, ਫਿਰ ਉਹਨੇ ਦੱਸਣਾ ਵੀ ਇੱਦਾਂ ਵੀ ਆਪਾਂ ਲਿਖ ਸਕਦੇ, ਇੱਦਾਂ ਵੀ ਕਰ ਸਕਦੇ। ਮਤਲਬ ਜੇ ਆਪਾਂ ਇਹ ਕਹੀਏ ਕਿ ਇੱਕ ਪੂਰੀ ਸਾਡੇ ਤੋਂ ਨਾ ਸਾਹਿਤ ਦੀ ਕਿਤਾਬ ਹੀ ਗੁੰਮ ਹੋ ਗਈ, ਜਿੱਦਾਂ ਜਿਹਦੇ ਵਿੱਚ ਹਰ ਸਾਹਿਤ ਦਾ ਹਰ ਪੱਖ, ਹਰ ਬਾਨਗੀ ਜਿਹਦੇ ਵਿੱਚ ਪਈ ਸੀਗੀ, ਕਿਸੇ ਵੀ ਗੱਲ, ਕਿਸੇ ਦੀ ਵੀ ਗੱਲ, ਗੀਤ ਦੀ, ਗਜ਼ਲ ਦੀ, ਰਵਾਇਤ ਦੀ, ਕਵਿਤਾ ਦੀ ਵੀ ਗੱਲ ਛੇੜ ਲਓ,
ਅਜਾਜ਼ ਸਾਹਿਬ ਤੁਹਾਨੂੰ ਉਸੇ ਵੇਲੇ ਉਹਦੀ ਉਹਦਾ ਸਪਸ਼ਟੀਕਰਨ ਉਹਦੇ ਸਹੀ ਅਰਥ ਤੁਹਾਨੂੰ ਦੱਸ ਦਿੰਦੇ ਸੀਗੇ। ਮੈਨੂੰ ਆਹ ਜਦੋਂ ਪਹਿਲਾਂ ਮੈਂ ਬਣਿਆ ਉਹਨੀ ਆਹ ਕਿਤਾਬ ਮੈਨੂੰ ਗਿਆਨੀ ਜੰਗ ਸਿੰਘ ਅਤੇ ਜਾ ਜਲੰਧਰੀ ਅਭਿਨੰਦਨ ਗ੍ਰੰਥ ਮੈਨੂੰ ਦਿੱਤਾ ਉਹਨੇ ਅਤੇ ਮੈਨੂੰ ਕਹਿੰਦੇ ਵੀ ਦਿਲ ਕਹਿੰਦੇ ਤੂੰ ਨਾ ਪੜ੍ਹਨਾ ਜ਼ਰੂਰ ਆਏ। ਮੈਂ ਕਿਹਾ ਜੀ ਜ਼ਰੂਰ ਹੈ ਨਾ, ਅਤੇ ਮੈਂ ਇਹਨੂੰ ਪੜ੍ਹਿਆ ਵੀ ਜਿੱਦਾਂ ਵਿੱਚੋਂ ਵਿੱਚੋਂ ਦੇਖਦੇ ਰਹੇ ਅਤੇ ਇਹਦੇ ਵਿੱਚ ਇੱਕ ਪਹਿਲਾ ਸ਼ੇਰ ਨੂੰ ਲਿਖਿਆ, ਦੇਖੋ ਦੋ ਮਿੱਤਰਾਂ ਦਾ ਮੇਲ ਇਹ ਸਾਨੂੰ ਦੱਸਦਾ ਹੈ, ਜਿੱਥੇ ਹੋਵੇ ਪਿਆਰ ਉੱਥੇ ਰੱਬ ਵੱਸਦਾ ਹੈ। ਮਤਲਬ ਦੋਸਤੀ ਦੇ ਵਿੱਚ ਵੀ ਉਹ ਰੱਬ ਦੀ ਗੱਲ ਕਰ ਰਹੇ ਆ, ਦੋਸਤੀ ਇੰਨੀ ਮਤਲਬ ਸੱਚੀ ਅਤੇ ਸੁੱਚੀ ਹੋ ਗਈ ਉਹਨਾਂ ਵਿੱਚ ਵੀ ਰੱਬ ਦੀਦਾ ਉਹਨਾਂ ਨੂੰ। ਬਾਕੀ ਉਹ ਮੈਨੂੰ ਲੱਗਦਾ ਨਹੀਂ ਕਦੀ ਵੀ ਉਹ ਜਦੋਂ ਕਿਸੇ ਨੂੰ ਮਿਲਿਆ ਉਹਨੇ ਆਪਣਾ ਬਚਪਨ ਜਾਂ ਆਪਣਾ ਪਰਿਵਾਰਕ ਪਿਛੋਕੜ ਕਿਸੇ ਤੋਂ ਲੁਕੋਇਆ ਹੋਊਗਾ। ਉਹ ਹਮੇਸ਼ਾ ਹੀ ਦੱਸਦੇ ਹੁੰਦੇ ਸੀ ਕਿ ਅਸੀਂ ਗਰੀਬ ਫੈਮਿਲੀ 'ਚੋਂ ਹਾਂ, ਸਾਡੇ ਫਾਦਰ ਸਾਹਿਬ ਆਹ ਕਰਦੇ ਸੀ, ਸਾਡੇ ਆਹ ਕਰਦੇ ਸੀ, ਅਸੀਂ ਆਹ ਕੀਤਾ। ਮੈਨੂੰ ਮੇਰੇ ਨਾਲ ਜਦੋਂ ਵੀ ਇਹਨਾਂ ਦੀ ਗੱਲ ਹੋਈ ਘੱਟੋ ਘੱਟ 4-5 ਵਾਰੀ, ਤਾਂ ਮੈਂ ਉਹਨਾਂ ਦੇ ਘਰ ਜਾ ਕੇ 2-2, 3-3 ਘੰਟੇ ਬੈਂਸ ਸਾਹਿਬ, ਫਿਰ ਈਸ਼ਰ ਸਿੰਘ ਮੋਹਨ, ਉਹ ਵੀ ਮੇਰਾ 96-97-100 ਸਾਲ ਦੇ ਹੋਣੇ ਆ ਉਹ, ਅਤੇ ਇਹਨੀ ਤਿੰਨਾਂ ਜਣਿਆਂ ਨੇ ਜਦੋਂ ਇਕੱਠੇ ਹੋ ਜਾਣਾ ਇਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਸੀਗੀਆਂ। ਇਹਨਾਂ ਨੇ ਤਿੰਨਾਂ ਨੇ ਜਦੋਂ ਇਕੱਠੇ ਹੋਣਾ, ਈਸ਼ਰ ਸਿੰਘ ਮੋਹਨ ਅਤੇ ਹਰਭਜਨ ਬੈਂਸ ਵੀ ਨਹੀਂ ਇਸ ਦੁਨੀਆਂ 'ਚ, ਅਤੇ ਜਾ ਸਾਹਿਬ, ਇਹਨੇ ਇੱਕ ਦਿਨ ਕਹਿਣਾ ਸਰਦਾਰ ਜੀ ਬਹਿ ਜਾਓ, ਉਹਨੇ ਕਹਿਣਾ ਸਰਦਾਰ ਜੀ ਤੁਸੀਂ ਬੈਠੋ। ਇੱਕ ਵਾਰੀ ਸਾਡੇ ਨਾਲ ਸੁਰਾਪੁਰੀ ਸਾਹਿਬ ਵੀ ਨਾਲ ਸੀ ਕਹਾਣੀਕਾਰ ਸਾਡੇ, ਮੈਂ ਕਿਹਾ ਵੀ ਤੁਸੀਂ ਇਹ ਦੱਸੋ ਵੀ ਉਸਤਾਦ ਜੀ ਤੁਸੀਂ ਕਹਿੰਦੇ ਬਹਿ ਜਾਓ, ਕਹਿੰਦੇ ਤੁਸੀਂ ਬਹਿ ਜਾਓ, ਅਤੇ ਮੈਂ ਕਿਹਾ ਤੁਸੀਂ ਦੱਸੋ ਵੀ ਉਸਤਾਦ ਹੈ ਕੌਣ ਹੈ ਕੌਣ। ਉਹ ਕਹਿੰਦੇ ਵੀ ਅਸੀਂ ਇੱਕ ਦੂਜੇ ਦੇ ਤਿੰਨੇ ਹੀ ਉਸਤਾਦ ਆ, ਕਹਿੰਦੇ ਅਜਾਜ਼ ਸਾਹਿਬ ਕਹਿੰਦੇ ਵੀ ਅਸੀਂ ਤਿੰਨੇ ਹੀ ਇੱਕ ਦੂਜੇ ਦੇ ਉਸਤਾਦ ਆ, ਕਹਿੰਦੇ ਮੈਂ ਤਾਂ ਇਹਨਾਂ ਨੂੰ ਮੰਨਦਾ, ਕਹਿੰਦੇ ਉਸਤਾਦ ਆ। ਸੋ ਇੰਨਾ ਵਧੀਆ ਉਹਨਾਂ ਦਾ ਸੁਭਾਅ ਸੀਗਾ। ਫਿਰ ਦਿੱਲੀ ਚਲ ਗਏ, ਦਿੱਲੀ ਜਾ ਕੇ ਉਹਨੇ ਦੇਖੋ ਕਿੰਨੀ ਸਟਰਗਲ ਕੀਤੀ, ਕਿੰਨੀਆਂ ਕਠਿਨਾਈਆਂ ਵਿੱਚ ਗੀਤ ਗਾਏ, ਗੀਤ ਲਿਖੇ, ਗੁਰਬਾਣੀ ਪੜ੍ਹੀ, ਗੁਰਬਾਣੀ ਕੰਠ ਸੀ ਉਹਨਾਂ ਨੂੰ। ਬੈਂਸ ਸਾਹਿਬ ਦੱਸਦੇ ਸੀ ਇੱਕ ਵਾਰੀ ਕਹਿੰਦੇ ਸਿਆਟਲ ਇਕੱਠੇ ਹੋਏ, ਸ਼ਾਇਦ ਉਦੋਂ ਪਾਕਿਸਤਾਨ ਤੋਂ ਜਾਂ ਇੰਡੀਆ ਤੋਂ ਵੀ ਕੋਈ ਸ਼ਾਇਰ ਆਏ ਸੀਗੇ ਉੱਥੇ, ਅਤੇ ਕਹਿੰਦੇ ਰਾਤ ਨੂੰ ਅਸੀਂ ਬਹਿ ਗਏ, ਅਜਾਜ਼ ਸਾਹਿਬ ਕਹਿੰਦੇ ਵੀ ਬਾਜਾ ਲਿਆਓ, ਅਤੇ ਬੈਂਸ ਸਾਹਿਬ ਕਹਿੰਦੇ ਮੈਨੂੰ ਪਤਾ ਸੀਗਾ ਵੀ ਬਾਜਾ ਵਜਾ ਲੈਂਦੇ। ਕਹਿੰਦੇ ਅਸੀਂ 4-5 ਘੰਟੇ ਕਹਿੰਦੇ ਅਸੀਂ ਬਾਜੇ ਵਜਾਏ ਗਏ, ਸਾਨੂੰ ਨਹੀਂ ਪਤਾ ਕਹਿੰਦੇ ਕੌਣ ਗਾਉਂਦਾ ਸੀ ਅਤੇ ਕੌਣ ਕਹਿੰਦੇ ਸੁਣਦਾ ਸੀ ਉੱਥੇ, ਮਤਲਬ ਘਰੇ ਕਿਸੇ ਦੇ ਬੈਠੇ ਸੀ। ਮਤਲਬ ਇਹੋ ਜਿਹੀ ਉਹਨਾਂ ਦੀ ਦੋਸਤੀ ਸੀ। ਬੈਂਸ ਸਾਹਿਬ ਜਦੋਂ ਵੀ ਆਉਂਦੇ ਮੈਨੂੰ ਨਹੀਂ ਕਹਿਣਾ ਚੱਲ ਵੀ ਆਪਾਂ ਅਜਾਜ਼ ਸਾਹਿਬ ਨੂੰ ਮਿਲ ਕੇ। ਸੋ ਇਹ ਪਿਆਰ ਜਿਹੜਾ ਇਹ ਰੂਹ ਜਿਹੜੀ ਇਹੋ ਜਿਹੀਆਂ ਰੂਹਾਂ ਆ ਇਹਨਾਂ ਦੀ, ਇਹਨਾਂ ਨੂੰ ਮਿਲਣਾ, ਇਹਨਾਂ ਦੇ ਕੋਲ ਬਹਿਣਾ, ਇਹਨਾਂ ਦੀ ਸੰਗਤ ਕਰਨੀ, ਮੈਨੂੰ ਲੱਗਦਾ ਜਿਹੜੇ ਖੁਸ਼ਕਿਸਮਤ ਬੰਦੇ ਆ ਇਹ ਉਹਨਾਂ ਦੇ ਹੀ ਹਿੱਸੇ ਆਉਂਦੀ ਆ। ਅਤੇ ਮੈਂ ਇਹ ਸਮਝਦਾ ਵੀ ਮੈਂ ਥੋੜ੍ਹਾ ਬਹੁਤ ਖੁਸ਼ਕਿਸਮਤ ਇਸ ਕੰਮ 'ਚ ਰਿਹਾ ਕਿ ਮੈਂ ਅਜਾਜ਼ ਸਾਹਿਬ ਕੋ, ਬੈਂਸ ਸਾਹਿਬ ਕੋ ਜਦੋਂ ਵੀ ਕਿਤੇ ਮੌਕਾ ਮਿਲਿਆ ਮੈਂ ਜਾ ਕੇ ਇਹਨਾਂ ਨੂੰ ਮਿਲਿਆ, ਅਤੇ ਬਹਿੰਦਾ ਜ਼ਰੂਰ ਆ। ਔਰ ਜਦੋਂ ਲਿਖਣ ਲੱਗੇ 9 ਸਾਲਾਂ ਦੇ ਹੀ ਜਦੋਂ ਲਿਖਣ ਲੱਗੇ ਆ, ਪਹਿਲੀ ਦੇਖੋ ਕਹਿੰਦਾ ਆਖ ਥੀ ਦੋਜ਼ਖ ਕੀ, ਦਿਲ ਮੇ ਔਰ ਨਜ਼ਰ ਮੇ ਤੂਰ ਥਾ, ਜ਼ਿੰਦਗੀ ਸੀਨੇ ਮੇ ਇੱਕ ਬਹਿਤਾ ਹੁਆ ਨਾ ਸੂਰ ਥਾ, ਮੈਂ ਕਿਸੀ ਜ਼ਰਦਾਰ ਬਦ ਕਿਰਦਾਰ ਕਾ ਵਾਰਸ ਨਹੀਂ, ਫਕਰ ਹੈ ਆਜ਼ਾਦ ਮੇਰਾ ਬਾਪ ਇੱਕ ਮਜ਼ਦੂਰ ਥਾ। ਅਤੇ ਦੇਖੋ ਕਿੱਡੀ ਵੱਡੀ ਗੱਲ ਕੀਤੀ ਹੈ, 4 ਲਾਈਨਾਂ ਵਿੱਚ ਛੁਪਾਇਆ ਆਪਣਾ ਪਿਛੋਕੜ ਵੀ ਆਪਣੇ ਰਚਨਾਵਾਂ ਰਾਹੀਂ, ਕਿੱਡੀ ਵੱਡੀ ਗੱਲ ਆ। ਕਹਿੰਦਾ ਜ਼ਿੰਦਗੀ ਸੀਨੇ ਮੇ ਇੱਕ ਬਹਿਤਾ ਹੁਆ ਨਸੂਰ ਥਾ, ਇਹ ਨਸੂਰ ਸੀ ਜ਼ਿੰਦਗੀ, ਬਹਿ ਰਿਹਾ ਸੀ ਜਿਹਨੂੰ ਜੀਣਾ ਆਇਆ। ਇੱਦਾਂ ਹੀ ਸਾਡੇ ਸਿੰਗਰ ਇੱਥੇ ਲੋਕਲ ਤਰਲੋਕ ਸਾਡੇ ਭਰਾ ਆ, ਉਹਨਾਂ ਨੇ ਅਜਾਜ਼ ਸਾਹਿਬ ਦੇ ਬੜੇ ਕਲਾਮ ਗਾਏ ਆ, ਬੜੀਆਂ ਗਜ਼ਲਾਂ, ਬੜੀਆਂ ਰਵਾਈਆਂ ਗਾਈਆਂ। ਇੱਕ ਉਹਨਾਂ ਦੀ ਮੈਨੂੰ ਜਿਹੜੀ ਬੜੀ ਚੰਗੀ ਲੱਗਦੀ, ਸਾਰੀਆਂ ਵਧੀਆ ਆ, ਇਹ ਮਿੱਟੀ ਦਿਆ ਘੜਿਆ ਔਕਾਤ ਭੁੱਲ ਜਾਈ ਨਾ, ਜਿਹਨੇ ਤੈਨੂੰ ਘੜਿਆ ਜਾਤ ਭੁੱਲ ਜਾਈ ਨਾ। ਹੁਣ ਜ਼ਾਤ ਜਿਹੜੀ ਇੱਥੇ ਦੋ ਸਿੰਬਲ ਵਰਤੇ ਨਾ, ਇੱਕ ਤਾਂ ਘੜੇ ਨੂੰ ਗਿਆ,
ਤੈਨੂੰ ਘੁਮਾਰ ਨਹੀਂ ਘੜਿਆ, ਪਰ ਨਾਲ ਦੀ ਨਾਲ ਬੰਦੇ ਨੂੰ ਵੀ ਦੱਸ ਰਹੇ ਆ ਵੀ ਉਹ ਰੱਬ ਦੀ ਗੱਲ ਵੀ ਨਾਲ ਦੀ ਨਾਲ ਕਰ ਰਹੇ ਆ ਵੀ ਜਿਹਨੇ ਤੈਨੂੰ ਘੜਿਆ ਉਹਨੂੰ ਚੇਤਾ ਰੱਖੀ, ਉਹਦੀ ਜ਼ਾਤ ਜਿਹੜੀ ਉਹਨੂੰ ਚੇਤਾ ਰੱਖੀ, ਉਹਦਾ ਸ਼ੁਕਰਾਨਾ ਕਰੀ। ਸੋ ਇਸੇ ਤਰ੍ਹਾਂ ਗਿਆਨੀ ਚੰਦ ਸਿੰਘ ਜੀ, ਆਜ਼ਾਦ ਦਿਵੰਦਰੀ ਸਾਹਿਬ, ਭਜਨ ਸਿੰਘ ਬੈਂਸ ਤੇ ਡਾਕਟਰ ਜਮਾਲਪੁਰੀ ਆਪਣਾ ਕਰਮ ਕਮਾ ਗਿਆ, ਇਹੋ ਜਿਹਾ ਰਚਨਾਵਾਂ ਛੱਡ ਗਿਆ ਜੋ ਆਉਣ ਵਾਲੀਆਂ ਸਾਡੇ ਪੱਤਰਕਾਰ ਵੀਰ ਸ਼ਾਇਰ ਵੀਰ ਸਾਰਿਆਂ ਲਈ ਇੱਕ ਸੇਧ ਹੈ। ਜੀ ਜੀ, ਬਹੁਤ ਬੜੀਆਂ ਉਹਨਾਂ ਦੀਆਂ ਨਜ਼ਮਾਂ, ਬੜੇ ਉਹਨਾਂ ਦੇ ਗੀਤ ਹੈਗੇ ਆ, ਗਜ਼ਲਾਂ ਹੈਗੀਆਂ ਜਿਹਨਾਂ ਦਾ ਆਪਾਂ ਕੋਟ ਕਰ ਸਕਦੇ ਹਾਂ। ਤਾਂ ਮੈਂ ਹੁਣ ਕਿਤਾਬ ਖੋਲ੍ਹੀ ਜਾਂਦਾ, ਵਧੀਆ ਦੱਸੇਗਾ ਜੇ ਇਹ ਮੈਨੂੰ ਚੇਤੇ ਆਪ ਜਵਾਨੀ ਹੋਣ। ਇੱਕ ਦੇਖੋ ਉਹਨਾਂ ਦੀ ਗਜ਼ਲ ਦੇ ਮੈਂ ਦੋ ਸ਼ੇਰ ਸਾਂਝੇ ਕਰਦਾ, ਕਹਿੰਦਾ ਸਾਹਿਤ ਦੇ ਪਿੜਾਂ ਅੰਦਰ ਆਜ਼ਾਦ ਰਹੂ ਜਿਉਂਦਾ, ਰਾਗਾਂ 'ਚ ਸੁਰਾਂ ਅੰਦਰ ਆਜ਼ਾਦ ਰਹੂ ਜਿਉਂਦਾ, ਆਪਣੇ ਤਾਂ ਇਹਦੇ ਆਪਣੇ ਗੈਰਾਂ ਨੂੰ ਵੀ ਪਿਆਰਾ ਏ, ਆਪਣੇ ਤਾਂ ਇਹਦੇ ਆਪਣੇ ਆ ਕਹਿੰਦੇ ਜਿਹੜੇ ਸਾਡੇ ਉਹ ਤਾਂ ਹੈ ਹੀ ਆ, ਪਰ ਗੈਰਾਂ ਨੂੰ ਵੀ ਪਿਆਰਾ ਏ, ਦੋਹਾਂ ਹੀ ਧਿਰਾਂ ਅੰਦਰ ਆਜ਼ਾਦ ਰਹੂ ਜਿਉਂਦਾ। ਇਹ ਹੁਣ ਚੜ੍ਹਦੇ ਲਹਿੰਦੇ ਦੀ ਗੱਲ ਕਰਦੇ ਆ ਜਾਂ ਇੱਥੇ ਭਾਈਚਾਰੇ ਦੀ ਗੱਲ ਕਰਦੇ ਆ, ਸਮਾਜ ਦੀ ਕਾਣੀ ਬਣ ਦੀ ਗੱਲ ਕਰਦੇ ਆ, ਉਹ ਕਹਿੰਦੇ ਦੋਨਾਂ ਪਾਸਿਆਂ ਮੈਨੂੰ ਪਿਆਰ ਆ, ਆਜ਼ਾਦ ਨੂੰ ਦੋਨੇ ਪਾਸੇ ਜੀਂਦਾ ਰਹਿਣਾ ਆਜ਼ਾਦ ਨੇ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਮੈਂ ਆਜ਼ਾਦ ਸਾਹਿਬ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੀਆਂ ਰਚਨਾ, ਉਹਨਾਂ ਦੀਆਂ ਗਜ਼ਲਾਂ, ਉਹਨਾਂ ਦੀਆਂ ਕਿਤਾਬਾਂ, ਇਹ ਹਮੇਸ਼ਾ ਲਈ ਜੀਂਦਾ ਰਹਿਣਾ ਸਾਡੇ ਸਾਹਿਤ ਦੇ ਵਿੱਚ, ਆਜ਼ਾਦ ਸਾਹਿਬ ਜੋ ਲੈ ਕੇ ਆ ਜਿਹੜੀ ਬੜੀ ਸਾਹਿਤਕ, ਬੜੀ ਵਡਮੁੱਲੀ ਸਾਹਿਤ ਦੀ ਰਚਨਾ ਜਿਹੜੀ ਆ ਅਭਿਨੰਦਨ ਗ੍ਰੰਥ ਆ ਦੋਨਾਂ ਗਿਆਨੀ ਚੰਦ ਸਿੰਘ ਅਤੇ ਇਹਦੇ ਵਿੱਚ ਇੱਕ ਹੋਰ ਦੇਖੋ, ਆਪਾਂ ਕਈ ਵਾਰੀ ਕਿਸੇ ਬੰਦੇ ਨੂੰ ਹਾਂਜੀ ਆ ਦੇਖੋ ਅਭਿਨੰਦਨ ਗ੍ਰੰਥ ਦਾ ਕਿਤਾਬ ਉਹਨਾਂ ਦੀ 2003 ਦੇ ਵਿੱਚ ਜਿੱਦਾਂ ਉਹਨਾਂ ਨੇ ਛਪਾਈ ਸੀਗੀ। ਇਹਦੇ ਵਿੱਚ ਮੈਨੂੰ ਇੱਕ ਜਿਹੜੀ ਹੋਰ ਗੱਲ ਮੈਂ ਪੁੱਛੀ ਸੀ ਆਜ਼ਾਦ ਸਾਹਿਬ ਨੂੰ, ਮੈਂ ਪੁੱਛੀ ਸੀ, ਮੈਂ ਕਿਹਾ ਆਜ਼ਾਦ ਸਾਹਿਬ ਇੱਕ ਬੰਦੇ ਦੇ ਵਿੱਚ ਕਿ ਮੈਂ ਕਿੰਨਾ ਕੁਛ ਹੋ ਸਕਦਾ, ਕਹਿੰਦੇ ਕੀ ਗੱਲ ਹੋਈ। ਮੈਂ ਕਿਹਾ ਮੈਂ ਪੜ੍ਹਦਾ ਸੀ ਤੁਹਾਡੀ ਕਿਤਾਬ, ਜਿਹੜੇ ਮੈਨੂੰ ਦਿੱਤੀ ਵੀ ਨਹੀਂ, ਘਰੇ ਸੀ ਉਹਨਾਂ ਦੇ ਬੈਠੇ, ਅਤੇ ਮੈਂ ਕਿਹਾ ਮੈਂ ਆਹ ਦੇਖਦਾ, ਮੈਂ ਕਿਹਾ ਬੈਂਸ ਸਾਹਿਬ ਵੀ ਸੀਗੇ ਅਤੇ ਮੋਹਨ ਸਾਹਿਬ ਵੀ ਸੀ, ਚਰਨਜੀਤ ਪੰਨੂ ਵੀ ਸ਼ਾਇਦ ਸੀਗੇ ਉੱਥੇ, ਮੈਨੂੰ ਹੁਣ ਚੇਤਾ ਨਹੀਂ ਪੂਰਾ। ਕਹਿੰਦੇ ਕੀ ਗੱਲ ਹੋਈ, ਮੈਂ ਕਿਹਾ ਤੁਹਾਡੇ 'ਤੇ ਲੇਖ ਲਿਖੇ ਆ, ਕਹਿੰਦੇ ਹਾਂ। ਮੈਂ ਕਿਹਾ ਵੀ ਪਹਿਲਾਂ ਲਿਖਿਆ ਨਜ਼ਰਾਨੇ ਹਕੀਕਤ, ਫਿਰ ਉਸਤਾਦ ਸ਼ਾਇਰ ਲਿਖਿਆ ਬੈਂਸ ਸਾਹਿਬ ਨੇ, ਰੱਬ ਦਾ ਪਿਆਰਾ ਸ਼ਾਇਰ ਨੇਕੀ ਸਾਹਿਬ ਜਸਵੰਤ ਸਿੰਘ ਨੇਕੀ, ਮਹਿਬੂਬ ਸ਼ਾਇਰ ਗੁਰਬਖਸ਼ ਸਚਦੇਵ, ਰਿਦਮਿਕ ਸ਼ਾਇਰ ਗੁਰਮੇਲ ਸਿੱਧੂ, ਪਿਆਰਾ ਦੋਸਤ ਸ਼ਾਇਰ ਦਰਵੇਸ਼ ਸ਼ਾਇਰ, ਸ਼ਾਇਰੇ ਆਜ਼ਮ, ਇੱਕ ਬਹੁਭਾਸ਼ੀ ਕਵੀ, ਬਹੁਪੱਖੀ ਸ਼ਖਸੀਅਤ, ਮੁਸਜਮਾ ਸ਼ਾਇਰੀ, ਗੁਰਬਾਣੀ ਦਾ ਰਸੀਆ ਸ਼ਾਇਰ। ਹਾਂਜੀ ਉਹਨਾਂ ਨੇ ਲਿਖਿਆ ਸ਼ਾਇਰ, ਹੈ ਨਾ। ਤੁਸੀਂ ਦੇਖੋ ਕਿ ਸ਼ਾਇਰੀ ਅਤੇ ਸ਼ਖਸੀਅਤ, ਵਤਨ ਪ੍ਰਸਾਦ ਵਤਨ ਪ੍ਰਸਤ ਸ਼ਾਇਰ, ਰੂਹਾਨੀ ਸ਼ਾਇਰ, ਗਰੀਬਾਂ ਦਾ ਹਮਦਰਦ ਸ਼ਾਇਰ, ਤੁਸੀਂ ਦੇਖੋ ਵੀ ਕਿਹੜੀ ਚੀਜ਼ ਬਾਹਰ ਰਹਿ ਗਈ। ਆਰਟੀਕਲ ਜਿਹੜੇ ਲਿਖੇ ਇਹਦੇ ਵਿੱਚ ਕੋਈ ਹੈਗਾ ਇਹੋ ਜਿਹਾ ਨਾਂ ਜਾਂ ਇਹੋ ਜਿਹਾ ਤਖੱਲਸ ਧਾਰਮਿਕ ਸਮਾਜਿਕ ਜਿਹੜਾ ਆਪਾਂ ਉਹਨੂੰ ਨਹੀਂ ਕਹਿ ਸਕਦੇ। ਬਾਕੀ ਕਈ ਵਾਰੀ ਉਹ ਗੱਲਾਂ ਕਰਦੇ ਹੁੰਦੇ ਸੀ ਸਾਡੀਆਂ ਜਿਹੜੀਆਂ ਇੱਥੇ ਜਥੇਬੰਦੀਆਂ ਜਾਂ ਸਾਡੀਆਂ ਔਰਗੇਨਾਈਜੇਸ਼ਨ, ਜਿਹੜਾ ਹੁਣ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਗੱਲ ਕਰੀਏ, ਇਹ ਵੀ ਉਹਨਾਂ ਦੀ ਦੇਣੀ ਆ। ਮਹਿੰਦਰ ਸਿੰਘ ਘੱਗ ਹੋਣੀ, ਰਵਿੰਦਰ ਅਡਵਾਲ ਹੋਣੀ, ਆਜ਼ਾਦ ਜਲੰਧਰੀ, ਇਹ ਸਾਰੇ ਬੰਦਿਆਂ ਇਹਨਾਂ ਦੀ ਦੇਣੀ ਹੈ। ਇਹ ਲਿਖਾਰੀ ਸੀਗੇ ਜਾਂ ਅੱਜ ਅਸੀਂ ਸਭਾ ਦੇ ਪ੍ਰਧਾਨ ਜਾਂ ਕੋਈ ਮੈਂਬਰ ਬਣੇ ਆ, ਪਰ ਜਿਹੜਾ ਇਹ ਬੂਟਾ ਉਹਨਾਂ ਨੇ ਲਾਇਆ ਜਾਂ ਕਿਸੇ ਨੇ ਵੀ ਲਾਇਆ, ਉਹਨਾਂ ਨੇ ਉਹਨੂੰ ਸਿੰਜਿਆ ਆ, ਇਹਦੇ ਵਿੱਚ ਉਹਨਾਂ ਦੀ ਹਾਜ਼ਰੀ ਲੱਗਦੀ ਰਹੀ ਆ, ਇਹਦੇ ਵਿੱਚ ਆ ਕੇ ਆਪਣੀਆਂ ਰਚਨਾਵਾਂ ਗਜ਼ਲਾਂ ਕਵਿਤਾਵਾਂ ਸੁਣਾਉਂਦੇ ਰਹੇ ਆ, ਅਤੇ ਸਾਨੂੰ ਇਸ ਗੱਲ ਦਾ ਮਾਣ ਆ ਕਿ ਅਸੀਂ ਇੰਨੇ ਵਧੀਆ ਬਜ਼ੁਰਗ
ਸੂਝਵਾਨ ਇਸ਼ਾਰਿਆਂ ਦੇ ਨਾਲ ਅਸੀਂ ਬੈਠੇ ਉੱਠੇ ਹਾਂ ਅਤੇ ਤਾਂ ਹੀ ਸਾਨੂੰ ਵੀ ਕੋਈ ਅੱਖਰ ਚਾਰ ਜਿਹੜੇ ਲਿਖਣੇ ਆਏ ਆ ਮਾੜਾ ਮੋਟਾ ਸਾਹਿਬ ਇਹਨਾਂ ਨੇ ਜਿਹੜੀਆਂ ਗੀਤ ਰਚੇ ਆ ਕਵਿਤਾਵਾਂ ਨਜ਼ਮਾਂ ਜੋ ਹੈ ਅਤੇ ਇਹਨਾਂ ਦੇ ਫਿਲਮਾਂ ਦੇ ਵਿੱਚ ਵੀ ਗਾਏ ਗਏ ਬਿਲਕੁਲ ਬਿਲਕੁਲ ਇਹਨਾਂ ਦੇ ਫਿਲਮਾਂ ਵਿੱਚ ਵੀ ਗੀਤ ਗਾਏ ਗਏ ਉਹ ਦੱਸਦੇ ਹੁੰਦੇ ਸੀ ਕਹਿੰਦੇ ਫਿਲਮਾਂ ਵਿੱਚ ਉਹ ਕਹਿੰਦੇ ਜੇ ਮੈਂ ਉੱਧਰ ਜਾਣਾ ਹੁੰਦਾ ਮੈਂ ਚੱਲ ਜਾਣਾ ਸੀ ਪਰ ਉਹ ਰੂਹਾਨੀ ਸੀ ਰੂਹ ਤੋਂ ਰੂਹਾਨੀ ਸੀ ਉਹ ਉਹਨਾਂ ਦਾ ਉਸ ਪਾਸੇ ਪੈਸੇ ਵੱਲ ਉਹਨਾਂ ਦੀ ਦੌੜ ਨਹੀਂ ਸੀਗੀ ਉਹ ਮੈਨੂੰ ਮੈਂ ਕਈ ਵਾਰੀ ਗੱਲ ਹੋਈ ਮੈਂ ਕਿਹਾ ਜਾ ਸਕੋ ਤੁਸੀਂ ਫਿਲਮਾਂ 'ਚ ਵੀ ਗੀਤ ਤੁਹਾਡੇ ਗਾਏ ਕਹਿੰਦੇ ਬਹੁਤ ਗਾਏ ਕਈਆਂ ਨੇ ਤਾਂ ਉਹਨਾਂ ਦੇ ਗੀਤ ਆਪਣੇ ਨਾਵਾਂ ਥੱਲੇ ਰਿਕਾਰਡ ਵੀ ਕੀਤੇ ਵਾ ਹਾਂ ਹੁਣ ਜਾ ਸਾਹਿਬ ਨਹੀਂ ਹੈਗੇ ਪਰ ਤੁਸੀਂ ਪੁੱਛ ਲਿਓ ਹੋਰ ਜਿਹੜੇ ਲੋਕ ਉਹਨਾਂ ਨੂੰ ਮਿਲੇ ਹੋਣਗੇ ਉਹ ਕਹਿੰਦੇ ਕਰ ਜਾਂਦੇ ਓਕੇ ਆ ਕਹਿੰਦੇ ਕੋਈ ਗੱਲ ਨਹੀਂ ਔਰ ਬੜਾ ਬੜਾ ਮੁਸਕਰਾ ਕੇ ਜਦੋਂ ਉਹਨੇ ਗੱਲ ਕਰਨੀ ਬੜੀ ਹੌਲੀ ਦੇਣੀ ਪਰ ਉਹ ਗੱਲ ਹੌਲੀ ਦੇਣੀ ਛੋਟੀ ਜਿਹੀ ਗੱਲ ਕਹਿ ਕੇ ਉਹਦੇ ਵਿੱਚ ਬੜਾ ਮੀਨਿੰਗ ਹੁੰਦਾ ਸੀ ਬੜਾ ਕੁਛ ਕਹਿੰਦੇ ਹੁੰਦੇ ਸੀ ਉਹ ਜਿੱਦਾਂ ਕਈ ਵਾਰੀ ਮਹਿੰਦਰ ਘੱਗ ਹੋਣੀ ਹਰਬੰਸ ਸਿੰਘ ਜੱਸ ਹੋਣੀ ਅਸੀਂ ਕਈ ਵਾਰੀ ਜਾ ਕੇ ਦੋ ਚਾਰ ਵਾਰੀ ਮਿਲ ਕੇ ਆਏ ਹਾਂ ਸਾਡੀ ਸਭਾ ਦੇ ਕਈ ਮੈਂਬਰ ਕੋਵਿਡ ਤੋਂ ਪਹਿਲਾਂ ਦੀ ਗੱਲ ਹੈ ਕੋਵਿਡ ਤੋਂ ਪਹਿਲਾਂ ਦੀ ਗੱਲ ਉਦੋਂ ਕਾਫੀ ਕਾਲਾਂ ਗੋਲਾਂ ਕੀਤੀਆਂ ਸੀ ਅਤੇ ਮੇਰਾ ਖਿਆਲ 15 ਦੇ ਨੇੜੇ ਦੀ ਗੱਲ ਹੋਣੀ ਹਾਂਜੀ ਹਾਂਜੀ ਪਰ ਫੋਨ 'ਤੇ ਮੇਰੀ ਗੱਲ ਜ਼ਰੂਰ ਹੁੰਦੀ ਰਹੀ ਆ ਆਹ ਪਿਛਲੇ 1.5-2 ਸਾਲ ਨਹੀਂ ਹੋਈ ਫੋਨ ਉਹਨਾਂ ਜ਼ਰੂਰ ਆਉਂਦਾ ਰਿਹਾ ਕਈ ਵਾਰੀ ਮੈਂ ਕਹਿੰਦਾ ਉਹਨੂੰ ਚੱਕਣਾ ਨਹੀਂ ਅਤੇ ਕਿ ਉਹਨੇ ਜਦੋਂ ਉਹਨਾਂ ਦਾ ਆਉਂਦਾ ਮੇਰੇ ਕੋਲ ਹੁੰਦੀ ਮੈਂ ਚੱਕ ਲਵਾਂ ਫੋਨ ਜਿੱਦਾਂ ਗੱਲ ਹੋ ਜਾਵੇ ਅਤੇ ਫਿਰ ਉਹਨੇ ਪਹਿਲੀ ਗੱਲ ਇਹ ਕਹਿਣੀ ਕਿ ਕਿੱਦਾਂ ਵੀ ਦਿਲ ਬਹਿਣਾ ਠੀਕ ਆ ਅੱਛਾ ਬਿਜ਼ੀ ਤਾਂ ਨਹੀਂ ਯਾਰ ਮੈਂ ਤਾਂ ਵਿਹਲਾ ਹਾਂ ਮੈਂ ਕਹਿੰਦਾ ਕੋਈ ਗੱਲ ਨਹੀਂ ਔਰ ਮੈਂ ਜੇ ਨਾ ਬਿਜ਼ੀ ਹੋਣਾ ਵੀ ਤੁਸੀਂ ਦੇਖੋ ਮੈਂ ਕਹਿੰਦਾ ਤੁਸੀਂ ਗੱਲ ਕਰੋ ਹੁਣ 15 ਮਿੰਟ ਅੱਧਾ ਘੰਟਾ ਕੋਈ ਗੱਲ ਨਹੀਂ ਇੱਦਾਂ ਹੁੰਦਾ ਸੀਗਾ ਅਤੇ ਹੋਰ ਬੜੀਆਂ ਉਹਨਾਂ ਦੀ ਆਪਾਂ ਆਪਣੇ ਇੱਥੇ ਭਾਈਚਾਰੇ ਵਿੱਚ ਆਪਣੇ ਜਿੰਨੇ ਵੀ ਇੱਥੇ ਪੰਜਾਬੀ ਭਾਈਚਾਰਾ ਹੈਗਾ ਬੇਰੀਏ ਜਾਂ ਇੱਥੇ ਆਲੇ ਦੁਆਲੇ ਇਕੱਲੇ ਮੈਂ ਕੈਲੀਫੋਰਨੀਆ ਗੱਲ ਨਹੀਂ ਕਰਦਾ ਅਮੈਰੀਕਾ ਵਿੱਚ ਸਾਰੀ ਦੁਨੀਆ ਵਿੱਚ ਨਿਊਜ਼ੀਲੈਂਡ ਸੇ ਤੁਸੀਂ ਪੁੱਛ ਲਓ ਜਾਂ ਕੋਈ ਉਹਨਾਂ ਦੀ ਕਿਸੇ ਪਹਿਚਾਣ ਦੇ ਉਹ ਲੋੜ ਨਹੀਂ ਉਹਨਾਂ ਨੂੰ ਵੀ ਇਜਾਜ਼ਤ ਜਨਰਲ ਕੌਣ ਸੀ ਤੇ ਫਿਰ ਦੇਖੋ ਤੁਸੀਂ ਇੱਕ ਗੱਲ ਕਰ ਰਹੇ ਸੀਗੇ ਤੇ ਜਿਹੜਾ ਅਗਲਾ ਤੁਹਾਡਾ ਕੋਈ ਪ੍ਰੋਗਰਾਮ ਆਪਣੇ ਪੰਜਾਬੀ ਸਾਹਿਤ ਸਭਾ ਦਾ ਹੋਏਗਾ ਜੀ ਇਹਨਾਂ ਨੂੰ ਜਾਂ ਸਾਹਿਬ ਹਾਂ ਹਾਂ ਬਿਲਕੁਲ ਮੈਂ ਇਹ ਜਿਹੜੀ ਸਾਡੀ ਆਹ ਆਖਰੀ ਸੰਡੇ ਮੀਟਿੰਗ ਹੁੰਦੀ ਪੰਜਾਬੀ ਸਾਹਿਤ ਸਭਾ ਦੀ ਸਾਡੀ ਮੰਥਲੀ ਮੀਟਿੰਗ ਹੁੰਦੀ ਆ ਉਹ ਅਸੀਂ ਜਿਹੜੀ ਮੀਟਿੰਗ ਆ ਉਹ ਜ਼ਰੂਰ ਆਜ਼ਾਦ ਜਲੰਧਰ ਜੀ ਨੂੰ ਸਮਰਪਿਤ ਕਰਾਂਗੇ ਅਤੇ ਅਸੀਂ ਉਹ ਫੇਸਬੁੱਕ ਦੇ ਉੱਪਰ ਵੀ ਸਾਰਾ ਮੀਡੀਆ ਦੇ ਵਿੱਚ ਮੈਸੇਜ ਭੇਜਾਂਗੇ ਹਫ਼ਤਾ ਕੁ ਪਹਿਲਾਂ ਅਤੇ ਅਸੀਂ ਚਾਹੁੰਦੇ ਹਾਂ ਕੋਈ ਵੀ ਜਾ ਆਉਣਾ ਹੋਵੇ ਮੰਗਦਾ ਹੋਵੇ ਉਹਨਾਂ ਦਾ ਪ੍ਰੇਮੀ ਉਹਨਾਂ ਦਾ ਕੋਈ ਪਿਆਰਾ ਉਹ ਆ ਸਕਦੇ ਉੱਥੇ ਆ ਗੱਲਬਾਤ ਕਰ ਸਕਦੇ ਆ ਅਸੀਂ 1 ਘੰਟਾ ਪੂਰਾ ਜਿਹੜਾ ਟਾਈਮ ਮੀਟਿੰਗ ਦੇ ਵਿੱਚ ਉਹਨਾਂ ਲਈ ਰੱਖਾਂਗੇ ਔਰ ਸਾਰੇ 2 ਘੰਟੇ ਵੀ ਰੱਖ ਸਕਦੇ ਜੇ ਸਾਡੇ ਕੋਲ ਜ਼ਿਆਦਾ ਬੰਦੇ ਗੱਲਬਾਤ ਕਰਨ ਵਾਲੇ ਹੋਣ ਕੋਈ ਗੱਲ ਨਹੀਂ ਹੈਗੀ ਸੋ ਇਸ ਤਰ੍ਹਾਂ ਇਹ ਆਪਣੇ ਮੇਜਰ ਸਾਹਿਬ ਨੇ ਖੁਦ ਆਪ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਅਤੇ ਇਸ ਮਹਾਨ ਸ਼ਖਸੀਅਤ ਦਾ ਚਲੇ ਜਾਣਾ ਹਰ ਵਿਅਕਤੀ ਨੂੰ ਬੜਾ ਦੁੱਖ ਹੈ ਖਾਸ ਕਰਕੇ ਜੋ ਪੰਜਾਬੀ ਸਾਹਿਤ ਸਭਾਵਾਂ ਜੋ ਸ਼ਾਇਰ ਹੈ ਗਾਇਕ ਹੈ ਲੇਖਕ ਹੈ ਉਹ ਬੜਾ ਆਪਣਾ ਇੱਕ ਬਹੁਤ ਵੱਡਾ ਘਾਟਾ ਮਹਿਸੂਸ ਕਰ ਰਹੇ ਨੇ ਔਰ ਹੈ ਅਤੇ ਜੋ ਇਹਨਾਂ ਨੇ ਮੇਜਰ ਸਾਹਿਬ ਨੂੰ ਦੱਸਿਆ ਵੀ ਅਗਲੀ ਜੋ ਇਹਨਾਂ ਦੀ ਮੰਥਲੀ ਮੀਟਿੰਗ ਹੈ ਉਹ ਉਹਨਾਂ ਨੂੰ ਅਜਾਦ ਸਾਹਿਬ ਨੂੰ ਡੈਡੀਕੇਟ ਕਰ ਰਹੇ ਬਹੁਤ ਅੱਛੀ ਗੱਲ ਹੈ ਯਾਦ ਕਰਨਾ ਚਾਹੀਦਾ ਔਰ ਕਰਨਾ ਦੇ ਬਾਰੇ ਵੀ ਹੈ ਕਰਨਾ ਚਾਹੀਦਾ ਨਾ ਜਾਣ ਤੋਂ ਪਿਆਰੇ ਮੇਰੇ ਹਮਦਰਦ ਗਮ ਸਾਰਾ ਖਾਰਾਂ ਦੇ ਨਾਂ
ਉਹ ਮੇਰੇ ਹਾਣੀ ਜਿਨ੍ਹਾਂ ਦੇ ਨਾਲ ਬਚਪਨ ਬੀਤਿਆ, ਸਾਫ਼ ਸੁਥਰੇ ਬੇਗਰਜ ਮਸੂਮ ਜਿਹੇ ਪਿਆਰਾਂ ਦੇ ਨਾਲ। ਦੇਖੋ ਸਾਫ਼ ਸੁਥਰੇ ਬੇਗਰਜ ਸ਼ਬਦਾਵਲੀ, ਸਾਫ਼ ਸੁਥਰੇ ਬੇਗਰ, ਉਹਨਾਂ ਦੇ ਬੇਗਰ, ਕੋਈ ਗਰਜ ਨਹੀਂ, ਪਿਆਰ ਆ, ਦੋਸਤੀ ਆ, ਪਰ ਗਰਜ ਕੋਈ ਨਹੀਂ। ਨਹੀਂ ਤਾਂ ਅੱਜ ਦੁਨੀਆਂ ਦੇ ਵਿੱਚ ਬਿਨਾਂ ਗਰਜ ਤੋਂ ਕੋਈ ਗੱਲ ਹੀ ਨਹੀਂ ਕਰਦਾ। ਸੋ ਇਹ ਇਹ ਇਹੀ ਕਿਤਾਬ ਜਿਹੜੀ ਉਹਨਾਂ ਦੀ, ਉਹਨਾਂ ਦੀਆਂ ਪੰਜ ਛੇ ਕਿਤਾਬਾਂ ਹੈਗੀਆਂ, ਹੋਰ ਵੀ ਕਦਮ ਲੱਗੀਆਂ, ਮੇਰੇ ਕੋਲ ਤਿੰਨ ਕਿਤਾਬਾਂ ਉਹਨਾਂ ਦੀਆਂ ਹੈਗੀਆਂ। ਅਤੇ ਪਰ ਇਹ ਕਿਤਾਬ ਤੁਸੀਂ ਪੜ੍ਹੋ, ਇਹਦੇ ਵਿੱਚੋਂ ਤੁਹਾਡਾ ਕੁਛ ਮਿਲਦਾ, ਬਹੁਤ ਕੁਛ ਮਿਲਦਾ ਤੁਹਾਨੂੰ। ਖਾਸ ਕਰਕੇ ਜੇ ਕਹਿੰਦੇ ਇਹ ਦੇਖਣਾ ਹੋਵੇ ਕਿ ਕਿਸੇ ਸ਼ਾਇਰ ਨੂੰ ਅਸੀਂ ਰੱਬੀ ਸ਼ਾਇਰ ਜਾਂ ਰੂਹਾਨੀ ਸ਼ਾਇਰ ਕਿਉਂ ਕਹਿੰਦੇ ਹਾਂ, ਅਤੇ ਅਜਾਦ ਸਾਹਿਬ ਦੀਆਂ ਜਾਂ ਗਿਆਨੀ ਜੰਗ ਸਿੰਘ ਦੀਆਂ ਰਚਨਾਵਾਂ ਪੜ੍ਹ ਕੇ, ਅਜਾਦ ਸਾਹਿਬ ਦੀਆਂ ਰਚਨਾਵਾਂ ਪੜ੍ਹ ਕੇ ਤੁਸੀਂ ਜ਼ਰੂਰ ਕਹੋਗੇ ਵੀ ਵਾਕਿਆ ਉਹ ਰੱਬ ਦਾ ਬੰਦਾ ਸੀ, ਉਹ ਰੱਬੀ ਸ਼ਾਇਰ ਸੀ। ਪਾਕ ਦਿਲ ਜੋ ਦੋਨੇ ਇਨਸਾਨ ਜੋ ਬਿਲਕੁਲ ਇਸੇ ਤਰ੍ਹਾਂ ਦੋਨਾਂ ਦਾ ਸਾਂਝਾ ਇੱਕ ਗ੍ਰੰਥ ਹੈ ਜੀ। ਬਿਲਕੁਲ ਗ੍ਰੰਥ ਬਿਲਕੁਲ ਇਹ ਵੀ ਇੱਥੇ ਮੇਰੇ ਖਿਆਲ ਕੈਲੀਫੋਰਨੀਆ ਤੋਂ ਹੀ ਗੁਰਮੇਲ ਸਿੱਧੂ ਹੁਣੀ ਛਪਾਇਆ ਸੀਗਾ, ਪੰਜਾਬੀ ਰਾਈਟਰਸ ਕੋਆਪਰੇਟਿਵ ਸੋਸਾਇਟੀ ਲਿਮਿਟਡ ਲੁਧਿਆਣਾ, ਅੰਮ੍ਰਿਤਸਰ, ਲੁਧਿਆਣੇ ਤੋਂ ਅੰਮ੍ਰਿਤਸਰ ਤੋਂ ਛਪਿਆ ਹੈ। ਅਤੇ ਕਾਫੀ ਇਹਦੀ ਚਰਚਾ ਰਹੀ ਆ, ਹੁਣ ਵੀ ਹੈਗੀ ਆ। ਅਤੇ ਔਰ ਕਿਉਂਕਿ ਗਿਆਨੀ ਜੰਗ ਸਿੰਘ ਜਾਂ ਜਲੰਧਰੀ ਜੀ, ਈਸ਼ਰ ਸਿੰਘ ਮੋਮਰ, ਹਰਭਜਨ ਬੈਂਸ, ਦਿੱਲੀ ਦੇ ਫਲਕ, ਚਾਨਣ ਗੋਬਿੰਦਪੁਰੀ, ਇਹ ਜਿਹੜੇ ਪੁਰਾਣੇ ਨਾਂ ਆ, ਹੋਰ ਬੜੇ ਨਾਂ ਆ ਜਿਹੜੇ ਨਹੀਂ ਦਿਮਾਗ 'ਚ ਆ ਰਹੇ, ਕਿ ਇਹਨਾਂ ਦਾ ਸੰਗ ਕੀਤਾ ਜੀ, ਸਾਥ ਸੀ ਇੱਕ ਦੂਜੇ, ਇਹਨਾਂ ਨੇ ਇੱਕ ਦੂਜੇ ਨੂੰ ਸੁਣਿਆ, ਸੁਣਾਇਆ, ਸਿੱਖਿਆ ਇਹਨਾਂ। ਤੁਸੀਂ ਬੜੇ ਖੁਸ਼ਕਿਸਮਤ ਆ, ਮੈਂ ਵੀ ਇਹਨਾਂ ਨੂੰ ਮਿਲਿਆ, ਦੇਖਿਆ, ਬਿਲਕੁਲ ਜਿੰਨੇ ਆਪਣੇ ਟੌਪ ਦੇ। ਔਰ ਸਾਡੀ ਇਹ ਅਰਦਾਸ ਆ ਪਰਮਾਤਮਾ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ, ਬਖਸ਼ਣ, ਨਿਵਾਜਣ, ਅਤੇ ਛੇਤੀ ਤੋਂ ਛੇਤੀ ਮੁੜ ਕੇ ਇਹੋ ਜਿਹੀ ਰੂਹ ਕਿਸੇ ਹੋਰ ਸ਼ਾਇਰ ਵਿੱਚ ਆਵੇ, ਤਾਂ ਕਿ ਇਹੋ ਜਿਹੀਆਂ ਗੱਲਾਂ, ਇਹੋ ਜਿਹੀ ਉੱਚੀ ਸੁੱਚੀ ਅਤੇ ਲੰਬੀ ਵਿਚਾਰਧਾਰਾ ਜਿਹੜੀ ਰੱਖਣ ਵਾਲੇ ਹੋਰ ਸਾਡੇ ਸ਼ਾਇਰ ਪੰਜਾਬੀ ਬੋਲੀ ਨੂੰ, ਪੰਜਾਬੀ ਸਾਹਿਤ ਨੂੰ ਅਗਾਂਹ ਵਧੂ, ਸਾਹਿਤ ਲਿਖ ਕੇ ਉਹਦੀ ਝੋਲੀ ਵਿੱਚ ਪਾਉਣ, ਤਾਂ ਕਿ ਅਸੀਂ ਜਦੋਂ ਉਹ ਸਾਹਿਤ ਪੜ੍ਹਾਂਗੇ ਤਾਂ ਇਹਨਾਂ ਨੂੰ ਵੀ ਅਸੀਂ ਨਾਲ ਯਾਦ ਕਰਾਂਗੇ ਕਿ ਜਾਂ ਜਲੰਧਰੀ ਹੁਣਾਂ ਦਾ ਸਾਹਿਤ ਵੀ ਇੱਦਾਂ ਦਾ ਹੁੰਦਾ, ਜਿੱਦਾਂ ਦਾ ਹੁਣ ਜਿਹੜੀ ਕੋਈ ਨਵੀਂ ਪੀੜ੍ਹੀ 'ਚ ਉੱਠ ਕੇ ਲਿਖ ਰਿਹਾ ਹੈ। ਇਹ ਰੱਬ ਨਾਲ ਜੁੜਨਾ, ਰੱਬ ਦੀ ਗੱਲ ਕਰਨੀ, ਸਾਡੇ ਸਮਾਜ ਦੇ ਕੰਮਾਂ ਕਾਰਾਂ ਦੇ ਵਿੱਚ ਹੀ ਰੱਬ ਦੀ ਗੱਲ ਕਰਨੀ, ਜਿਹੜੀ ਕਿਸੇ ਕਿਸੇ ਸ਼ਾਇਰ ਦੇ ਹਿੱਸੇ ਆਉਂਦੀ ਹੈ। ਇਹ ਜੇ ਸੂਫੀ ਸ਼ਾਇਰ ਸਾਡੇ ਸੀਗੇ, ਉਦੋਂ ਬਾਅਦ ਫਿਰ ਕਿੱਸਾ ਗਾਬ, ਬੁੱਲੇ ਸ਼ਾਹ ਹੁਣੀ ਆਏ, ਬਾਰਿਸ਼ ਸ਼ਾਹ ਹੁਣੀ ਆਏ, ਇਹ ਸਾਡੇ ਜਲੰਧਰੀ ਸਾਹਿਬ ਵੀ ਉਹਨਾਂ ਤੋਂ ਕਿਸੇ ਗੱਲੋਂ ਘੱਟ ਨਹੀਂ ਸੀ। ਉਮਰ ਟਾਈਮ ਦਾ ਫਰਕ ਵਾ, ਟਾਈਮਿੰਗ ਜਿਹੜੀ ਇਹਨਾਂ ਦੀ ਬਾਅਦ 'ਚ ਆਏ ਹੈ, ਪਰ ਇਹ ਵੀ ਉਸੇ ਉੱਚ ਪਾਏ ਦੇ, ਉਸੇ ਉੱਚ ਕੋਟੀ ਦੇ ਸ਼ਾਇਰ ਸੀ, ਜਿਸ ਉੱਚ ਕੋਟੀ ਦੀਆਂ ਰਚਨਾਵਾਂ ਜਾਂ ਜਿਸ ਤਰ੍ਹਾਂ ਉਹਨੇ ਰੱਬ ਦੀ ਗੱਲ ਕੀਤੀ ਆ, ਉਸੇ ਤਰ੍ਹਾਂ ਆਜ਼ਾਦ ਜਲੰਧਰੀ ਜੀ ਹੁਣੀ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਆਪਣੀ ਕਲਮ ਦੇ ਨਾਲ ਉਸ ਰੱਬ ਦੇ, ਉਸ ਪ੍ਰਭੂ ਦੇ, ਈਸ਼ਵਰ ਦੇ, ਅੱਲਾਹ ਦੇ ਗੁਣ ਗਾਇਨ ਕੀਤੇ ਆ। ਔਰ ਇਕੱਲਾ ਇਕੱਲਾ ਸ਼ਬਦ, ਇਕੱਲੀ ਇਕੱਲੀ ਲਾਈਨ, ਇਕੱਲੀ ਇਕੱਲੀ ਰੁਬਾਈ, ਕਵਿਤਾ, ਗਜ਼ਲ ਤੁਸੀਂ ਪੜ੍ਹ ਕੇ ਦੇਖ ਲਓ, ਤੁਹਾਨੂੰ ਸਕੂਨ ਮਿਲੂਗਾ, ਤੁਹਾਨੂੰ ਉਹਦੇ ਵਿੱਚ ਦਰਵੇਸ਼ ਦਰਸ਼ਨ ਹੋਣਗੇ। ਦੇਖੋ ਕਿੰਨਾ ਵਧੀਆ ਇਹਨਾਂ ਨੇ ਸਤਰਾਂ ਦੋ ਇਹਨਾਂ ਦੀਆਂ, ਹਮ ਹੈ ਫਨਕਾਰ ਜਮਾਨੇ ਸੇ ਗੁਜ਼ਰ ਜਾਏਂਗੇ ਜੀ, ਹਮ ਹੈ ਫਨਕਾਰ ਜਮਾਨੇ ਸੇ ਗੁਜ਼ਰ ਜਾਏਂਗੇ, ਖਾਲੀ ਦਾਮਨ ਹੈ ਜੋ ਸਭ ਪਿਆਰ ਸੇ ਭਰ ਜਾਏਂਗੇ ਜੀ। ਜੀ ਪਿਆਰ ਵੀ ਜਾਣੀ ਕਿ ਲੋਕਾਂ 'ਚ ਬਣਦਾ ਗਿਆ। ਬਿਲਕੁਲ 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 ਬਿਲਕੁਲ। ਕੱਲ ਮੈਂ ਸਰਦਾਰ ਤਰਲੋਕ ਸਿੰਘ ਜੋ ਸਿੰਗਰ ਬੜੇ ਨਾਮਵਰ ਸ਼ਖਸੀਅਤ ਹਨ, ਉਹਨਾਂ ਨਾਲ ਵੀ ਗੱਲ ਕਰ ਰਿਹਾ, ਮੁਹੱਬਤ 'ਤੇ ਉਹਨਾਂ ਨੇ ਇਹਨਾਂ ਦਾ ਜ਼ਿਕਰ ਕੀਤਾ ਜੀ। ਜੀ ਸੋ ਜੇ ਦੁਨੀਆ ਹੈ, ਇਸ ਦੁਨੀਆ ਮੇਂ ਇਨਸਾਨ ਬਦਲਤੇ ਰਹਤੇ ਹੈ,
ਘਰ ਬਾਹਰ ਤੋਂ ਵਹੀ ਪੁਰਾਣਾ ਹੈ ਮਹਿਮਾਨ ਮਹਿਮਾਨ ਬਲਤੇ ਰਹਤੇ ਹੈ ਬਿਲਕੁਲ ਜੀ ਜੀ ਬਹੁਤ ਬਹੁਤ ਰਚਨਾਵਾਂ ਉਹਨਾਂ ਦੀਆਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਦੇ ਵਿੱਚ ਉਹਨੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਿੱਥੇ ਕਿ ਸਿਹਤ ਸਮਾਜ ਨੂੰ ਸੇਧ ਦੇਣ ਵਾਲੀ ਉਹ ਰੱਬ ਦੀ ਗੱਲ ਕੀਤੀ ਜਿੱਥੇ ਸੋ ਨਿਜੋ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਦੇਖੋ ਆਪਣੇ ਦਿਲਾਂ ਦੀ ਦਿਲੋਂ ਜੋ ਤੁਹਾਡੀ ਉਹਨਾਂ ਪ੍ਰਤੀ ਭਾਵਨਾ ਪੱਖੋਂ ਹਰ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਬਿਲਕੁਲ ਅਤੇ ਇੱਕ ਮੈਂ ਪੁੱਛਣਾ ਚਾਹੁੰਦਾ ਜੇ ਤੁਸੀਂ ਉਸ ਬਾਰੇ ਦੱਸਿਓ ਵੀ ਇਹਨਾਂ ਨੂੰ ਪੰਜਾਬੀ ਸਹਿਤ ਸੁਭਾਵਾਂ ਸਾਰੀਆਂ ਨੇ ਰਲ ਕੇ ਸ਼੍ਰੋਮਣੀ ਕਵੀ ਦਾ ਖਿਤਾਬ ਵੀ ਦਿੱਤਾ ਸੀ ਜੀ ਦਿੱਤਾ ਹੈ ਨਹੀਂ ਇੱਥੇ ਪਹਿਲਾਂ ਪਰ ਉਹੀ ਗਿਆ ਸਾਹਿਬ ਇਸ ਗੱਲ ਦੇ ਉੱਤੇ ਕਈ ਵਾਰੀ ਬੜੀ ਲੰਬੀ ਚੌੜੀ ਗੱਲ ਕਰਦੇ ਹੁੰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਜਿਹੜੇ ਕਿਤਾਬ ਤੋਂ ਉਹ ਕਿਤਾਬਾਂ ਮਗਰ ਨਹੀਂ ਭੱਜਦੇ ਸੀ ਉਹ ਜੇ ਕੋਈ ਦੇ ਲੈ ਕੇ ਵੀ ਜਾਂਦਾ ਸੀ ਨਾ ਕੋਈ ਪਲੈਕ ਜਾਂ ਕਿੱਦਾਂ ਉਹਨੇ ਕਹਿਣਾ ਮੇਰੇ ਕੋਲ ਦਾ ਦੋ ਟਰੰਕ ਭਰੇ ਪਏ ਆ ਠੀਕ ਹੈ ਨਾ ਉਹ ਨਹੀਂ ਭੱਜਦੇ ਸੀ ਅਤੇ ਨਾ ਹੀ ਉਹ ਕਿਸੇ ਨੂੰ ਇਹ ਕਹਿੰਦੇ ਵੀ ਮੈਨੂੰ ਸਨਮਾਨ ਕਰਨਾ ਤਾਂ ਮੈਨੂੰ ਪੈਸੇ ਦਿਓ ਜੀ ਉਹ ਮੰਗਦੇ ਨਹੀਂ ਸੀ ਉਹ ਠੀਕ ਹੈ ਉਹ ਤਾਂ ਕਵੀ ਸੀ ਉਹ ਕਲਮ ਦੇ ਧਨੀ ਸੀ ਔਰ ਕਲਮ ਨਾਲ ਜੁੜੇ ਸੀਗੇ ਉਹ ਕਈ ਵਾਰੀ ਜ਼ਿਕਰ ਕਰਦੇ ਹੁੰਦੇ ਸੀ ਉਹ ਉਹਨੇ ਕਹਿਣਾ ਦਿਲ ਯਾਰ ਆਪਾਂ ਕਿਤੇ ਕੀ ਲੈਣਾ ਜੇ ਕੋਈ $100 ਦੇ ਵੀ ਦੂਗਾ ਕੀ ਲੈਣਾ ਪਰ ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਰੰਜਿਸ਼ ਆ ਦੁੱਖ ਵੀ ਆ ਕਿ ਸਾਡੀਆਂ ਇੱਥੇ ਸੁਭਾਵਾਂ ਹੈਗੀਆਂ ਆ ਵੱਖਰੀਆਂ ਵੱਖਰੀਆਂ ਜਾਂ ਸਾਡੀਆਂ ਹੋਰ ਵੀ ਕਈ ਔਰਗੇਨਾਈਜੇਸ਼ਨ ਹੈਗੀਆਂ ਪਰ ਅਸੀਂ ਬੰਦੇ ਦੇ ਤੁਰ ਜਾਣ ਤੋਂ ਬਾਅਦ ਉਹਦੇ ਲਈ ਬੜਾ ਕੁਛ ਕਰਦੇ ਹਾਂ ਪਰ ਜਦੋਂ ਬੰਦਾ ਹੁੰਦਾ ਉਹਦੇ ਜੀਂਦੇ ਜੀ ਵੀ ਸਾਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਆ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਪੈਸੇ ਨਾਲ ਤੁਸੀਂ ਕਿਸੇ ਨੂੰ ਰਜਾ ਨਹੀਂ ਸਕਦੇ ਪੈਸੇ ਨਾਲ ਤੁਸੀਂ ਕੁਛ ਨਹੀਂ ਕਰ ਸਕਦੇ ਪਰ ਜੇ ਜਿੱਦਾਂ ਜਾਤ ਸਾਹਿਬ ਸੀ ਬਿਮਾਰ ਸੀ ਸਾਡਾ ਫਰਜ਼ ਬਣਦਾ ਸੀ ਗਏ ਹੋ ਸਕਦਾ ਗਏ ਵੀ ਹੋਣਗੇ ਬਹੁਤ ਜਾਣੇ ਨੇ ਹੈਲਪ ਵੀ ਕੀਤੀ ਹੋਊਗੀ ਬੇਸ਼ੱਕ ਉਹਨਾਂ ਪਰਿਵਾਰ ਚੰਗੇ ਕੰਮਕਾਰ ਸੀਗੇ ਸਾਰਾ ਕੁਛ ਸੀਗਾ ਪਰ ਫਿਰ ਵੀ ਇੱਕ ਸ਼ਾਇਦ ਜਿਹੜਾ ਮਾਣ ਸਨਮਾਨ ਹੁੰਦਾ ਨਾ ਉਹੀ ਹੁੰਦਾ ਜਦੋਂ ਚਾਰ ਬੰਦੇ ਇਕੱਠੇ ਹੋਏ ਚੱਲ ਜਾਂਦੇ ਆ ਅਤੇ ਜਾ ਕੇ ਕਹਿੰਦੇ ਲਓ ਜੀ ਇੱਕ ਕੰਬਲ ਇੱਕ ਲੋਈ ਲੈ ਜਾਓ ਨਾ ਉਹਦੇ ਨਾਲ ਹੀ ਉਹਨੂੰ ਇਹ ਲੱਗਦਾ ਵੀ ਮੈਨੂੰ ਰੱਬ ਨੇ ਨਿਵਾਜ਼ ਦਿੱਤਾ ਇਸ ਗੱਲੋਂ ਅਸੀਂ ਪਛੜੇ ਹਾਂ ਅਸੀਂ ਆਪਣੀਆਂ ਵੰਡਾਂ ਵੰਡਾਂ 'ਚ ਪੈ ਜਾਂਦੇ ਹਾਂ ਵੀ ਹਾਂ ਸਾਨੂੰ ਕੋਈ ਲੋੜ ਆ ਜੀ ਇਹ ਤਾਂ ਬੁੜੇ ਬਜ਼ੁਰਗ ਹੋ ਗਏ ਹੁਣ ਨਵੇਂ ਸ਼ਾਇਰ ਆ ਜੀ ਜਾਂ ਕਿੱਦਾਂ ਜਾਂ ਗੀਤਾਂ ਗਾਉਣ ਵਾਲੇ ਹਾਂ ਮਗਰ ਅਸੀਂ ਹਜ਼ਾਰਾਂ ਕਰੋੜਾਂ ਡਾਲਰ ਖਰਚ ਦਿੰਦੇ ਹਾਂ ਟਿਕਟਾਂ ਵੀ ਲੈ ਲੈਂਦੇ ਹਾਂ ਪਰ ਅਸੀਂ ਕਦੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਇਹੋ ਜਿਹੜੇ ਰੱਬੀ ਦਰਵੇਸ਼ ਜਿਹੜੇ ਸ਼ਾਇਰ ਆ ਇਹਨਾਂ ਨੂੰ ਸਾਨੂੰ ਜ਼ਰੂਰ ਪੂਜਣਾ ਚਾਹੀਦਾ ਸਨਮਾਨ ਪਹਿਲਾਂ ਹੋਣੇ ਚਾਹੀਦੇ ਆ ਜਿਹਦੇ ਜੀ ਬਾਅਦ ਦੇ ਵਿੱਚ ਅਸੀਂ ਅਸ਼ੀਰਵਾਦ ਉਹਨਾਂ ਨੂੰ ਸ਼ਰਧਾਂਜਲੀਆਂ ਦਿੰਦੇ ਹਾਂ ਠੀਕ ਹੈ ਉਹ ਵੀ ਬਣਦਾ ਸਾਡਾ ਫਰਜ਼ ਬਣਦਾ ਉਹਨਾਂ ਨੂੰ ਯਾਦ ਰੱਖਣਾ ਔਰ ਇਹਨਾਂ ਦੇ ਨਾਂ ਦੇ ਕੋਈ ਨਾ ਕੋਈ ਇੱਕ ਅੱਧਾ ਪ੍ਰੋਗਰਾਮ ਹੋਣਾ ਚਾਹੀਦਾ ਸਾਲ ਦੇ ਵਿੱਚ ਭਾਵੇਂ ਸਾਰੀਆਂ ਸੁਭਾਵਾਂ ਰਲ ਕੇ ਕਰਨ ਠੀਕ ਹੈ ਮੈਂ ਜਿੱਥੇ ਕਹੂੰਗੇ ਮੈਂ ਹਾਜ਼ਰ ਹਾਂ ਇੱਕ ਅੱਧਾ ਪ੍ਰੋਗਰਾਮ ਕਦੀ ਸੈਕਰਾਮੈਂਟੋ ਹੋ ਜਾਵੇ ਕਦੀ ਬੇਰੀਏ ਹੋ ਜਾਵੇ ਕਦੀ ਫਰਿਜਨੋ ਹੋ ਜਾਵੇ ਐਡੀ ਕਿਹੜੀ ਗੱਲ ਆ 40-50 ਜਿਹੜੇ ਸ਼ਾਇਰ ਇਕੱਠੇ ਹੋ ਕੇ ਇੱਕ ਪ੍ਰੋਗਰਾਮ ਨਹੀਂ ਕਰਾ ਸਕਦੇ ਕਰਾ ਸਕਦੇ ਹਾਂ ਪਰ ਜੇ ਅਸੀਂ ਚਾਹੀਏ ਤਾਂ ਜੇ ਅਸੀਂ ਚਾਹੀਏ ਤਾਂ ਸੋ ਮੈਂ ਤਾਂ ਬੜੇ ਦੁਖੀ ਹਿਰਦੇ ਨਾਲ ਜਿੱਦਾਂ ਬੇਸ਼ੱਕ ਵਧੀਆ ਉਮਰ ਚੰਗੀ ਉਮਰ ਭੋਗ ਕੇ ਗਏ ਪਰ ਫਿਰ ਵੀ ਇੱਕ ਸਾਹਿਤਕ ਰੂਹ ਜਿਹੜੀ ਸੀ ਉਹ ਸਾਡੇ ਤੋਂ ਵਿਛੜੀ ਆ ਅਤੇ ਅਸੀਂ ਤਾਂ ਚੁੰਬਰ ਸਾਹਿਬ ਤੁਹਾਡਾ ਵੀ ਥੈਂਕ ਯੂ ਤੁਹਾਡਾ ਵੀ ਧੰਨਵਾਦ ਆ ਤੁਸੀਂ ਕਾਫੀ ਸਮਾਜ ਨੂੰ ਦੇ ਸੇਧ ਦਿੰਦੇ ਹਾਂ ਕਾਫੀ ਖਬਰਾਂ ਕਾਫੀ ਪ੍ਰੋਗਰਾਮ ਲਿਆ ਕੇ ਸਾਂਝੇ ਕਰਦੇ ਹਾਂ ਮੀਡੀਆ ਦੇ ਥਰੂ ਹੋਰ ਵੀ ਮੀਡੀਆ ਵਾਲੇ ਸਾਡੇ ਕਈ ਭਰਾ ਹੈ ਜਿਹੜੇ ਲੱਗੇ ਆਪਣੇ ਆਪਣੇ ਕੰਮ ਕਾਰ ਪਰ ਆ ਵੀ ਤੁਹਾਡਾ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਅਤੇ ਜਿਨ੍ਹਾਂ ਨੇ ਮੈਨੂੰ ਤੁਸੀਂ ਮੌਕਾ ਦਿੱਤਾ ਕਿ ਮੈਂ 5-10 ਮਿੰਟ ਜਾਂ ਜਲੰਧਰ ਜੀ ਬਾਰੇ ਕੁਛ ਬੋਲਾਂ ਜਦਕਿ ਮੇਰੀ ਔਕਾਤ ਨਹੀਂ ਇੰਨੀ ਮੈਨੂੰ ਮੇਰੀ ਇੰਨੀ ਸੂਝ ਸਮਝ ਨਹੀਂ ਕਿ ਮੈਂ ਉਹਨਾਂ ਦੀ ਸ਼ਬਦਾਵਲੀ ਜਾਂ ਉਹਨਾਂ ਬਾਰੇ ਕੁਛ ਬੋਲਾਂ ਪਰ ਫਿਰ ਵੀ ਮੈਂ ਜੋ ਕੁਛ ਬੋਲਿਆ ਜੇ ਉਹਦੇ ਵਿੱਚ ਕੋਈ ਗਲਤ ਸ਼ਬਦ ਵਰਤਿਆ ਹੋਵੇ ਜਾਂ ਉਹਨਾਂ ਦੀ ਸ਼ਾਨ ਦੇ ਖਿਲਾਫ਼ ਤਾਂ ਮੈਂ ਤੁਹਾਨੂੰ ਸਾਰਿਆਂ ਤੋਂ ਮਾਫ਼ੀ ਮੰਗਦਾ ਖਿਮਾ ਦਾ ਜਾਚਕਾਂ
ਤੇ ਇਹਦੇ ਨਾਲ ਹੀ ਦਿਲੋਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨੀ ਲਾਵੇ ਅਤੇ ਫਿਰ ਕੋਈ ਇਹੋ ਜਿਹਾ ਸ਼ਾਇਰ ਮੁੜ ਕੇ ਪੰਜਾਬੀ ਵਿੱਚ ਜ਼ਰੂਰ ਪੈਦਾ ਹੋਵੇ ਜਿਹੜਾ ਕਿ ਜਾਂ ਜਲੰਧਰੀ ਜੀ ਵਰਗਾ ਲਿਖੇ ਅਤੇ ਜਾਂ ਜਲੰਧਰੀ ਜੀ ਵਰਗੀ ਸੋਚ ਹੋਵੇ। ਥੈਂਕ ਯੂ, ਸਤਿ ਸ਼੍ਰੀ ਅਕਾਲ, ਸ਼ੁਕਰੀਆ। ਸੋ ਇਹ ਹਨ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਪ੍ਰਧਾਨ ਧਰਮਵੀਰ ਸਿੰਘ ਦਿਲ ਨਿੱਜਰ, ਜਿਨ੍ਹਾਂ ਨੇ ਦਿਲੋਂ ਆਪਣੇ ਨਾਮ ਦਿਲ ਵੀ ਲਿਖਦੇ ਆ ਦਿਲ ਨਿੱਜਰ, ਅਤੇ ਦਿਲੋਂ ਹੀ ਇਹਨਾਂ ਨੇ ਆਪਣੇ ਦਿਲ ਤੋਂ ਜੋ ਅੰਦਰੋਂ ਆਵਾਜ਼ ਹੈ ਉਸ ਨਜ਼ਰੀਏ ਦੇ ਨਾਲ ਇਹਨਾਂ ਨੇ ਆਜ਼ਾਦ ਸਾਹਿਬ ਨੂੰ ਜੋ ਸ਼ਰਧਾਲੂ ਪ੍ਰਗਟ ਕੀਤੇ ਆ, ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ। ਹੋਰ ਇਹਨਾਂ ਬਹੁਤ ਅੱਛੇ ਵਿਚਾਰ ਦਿੱਤੇ ਆ ਵੀ ਆਜ਼ਾਦ ਸਾਹਿਬ ਦੇ ਨਾਂ 'ਤੇ ਕੋਈ ਪ੍ਰੋਗਰਾਮ ਕੀਤਾ ਜਾਏ, ਔਰ ਉਮੀਦ ਹੈ ਮੈਂ ਸੁਣ 'ਚ ਆਇਆ ਮੈਨੂੰ ਮੀਡੀਆ 'ਚ ਇਹਨਾਂ ਨੇ ਅਮਰੀਕ ਚੰਦਰ ਲਾਖਾ ਜੀ, ਰਾਮ ਮੂਰਤੀ ਸਰੋਏ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਰਲ ਕੇ ਅਪ੍ਰੈਲ ਮਹੀਨੇ ਇੱਕ ਆਜ਼ਾਦ ਸਾਹਿਬ ਨੂੰ ਆਪਣੇ ਆਫਿਸ ਦੇ ਵਿੱਚ ਆਪਣੇ CPA ਸਾਹਿਬ ਜਿਹੜੇ ਅਮਰੀਕ ਚੰਦਰ ਲਾਖਾ ਜੀ ਉਹਨਾਂ ਦੇ ਇੱਕ ਇਕੱਠ ਕੀਤਾ, ਮੈਨੂੰ ਵੀ ਬੁਲਾਇਆ ਸੀ ਉਸ ਦਿਨ ਆਪਣੇ ਯੂਬਾ ਸਿਟੀ ਪ੍ਰੋਗਰਾਮ ਸੀ, ਮੈਂ ਨਹੀਂ ਸੀ ਜਾ ਸਕਦਾ ਕਿਉਂਕਿ ਡਿਸਟੈਂਸ ਕਾਫੀ ਹੈ, ਚੋ ਦੋ ਪ੍ਰੋਗਰਾਮ ਆਪਾਂ ਨਹੀਂ ਕਰ ਸਕਦੇ। ਸੋ ਬੜਾ ਇੱਕ ਸੁਨਹਿਰੀ ਮੌਕਾ ਸੀ ਮੈਨੂੰ ਵੀ ਮਿਲਣ ਦਾ, ਪਰ ਉਸ ਤੋਂ ਪਹਿਲਾਂ ਮੈਂ ਆਪਣੇ ਦੋਸਤ ਥੋਮਸ ਭੱਟੀ, ਚਰਨ ਭੱਟੀ ਨਾਲ ਮਿਲ ਕੇ ਆਇਆ, ਫਿਰ OP ਬਾਲੀ ਸਾਹਿਬ ਨਾਲ ਮਿਲ ਕੇ ਆਇਆ, ਫਿਰ ਆਪਣੇ ਜਸਵੀਰ ਸਿੰਘ ਤੱਕਰ, ਸੁਦੇਸ਼ ਅਟਵਾਲ ਜੀ ਸੀ ਉਹਨਾਂ ਦੇ ਨਾਲ ਅਸੀਂ ਇਕੱਠੇ ਮੁਲਾਕਾਤ ਕਰਕੇ ਆਇਆ, ਅਤੇ ਆਉਣ ਵਾਲੇ ਟਾਈਮ 'ਚ ਅਸੀਂ ਉਹਨਾਂ ਜੋ ਵੀਡੀਓ ਰਿਕਾਰਡ ਕੀਤੀਆਂ ਲਿਆਵਾਂਗੇ, ਅਤੇ ਮੈਂ ਆਪਣੇ ਲੋਕ ਫਿਰ ਅੱਜ ਮਹਿਸੂਸ ਬਹੁਤ ਕਰਦਾ ਹਾਂ ਵੀ ਇੱਕ ਜਿਹੜਾ ਦੁੱਖ ਦੀ ਘੜੀ ਹੈ ਸਾਰਿਆਂ ਦੀ ਹੈ, ਅਤੇ ਸਾਡੇ ਵਿੱਚੋਂ ਇੱਕ ਬਜ਼ੁਰਗ ਜੋ ਉਰਦੂ, ਇੰਗਲਿਸ਼, ਹਿੰਦੀ, ਪੰਜਾਬੀ ਦੇ ਬੜੇ ਵੱਡੇ ਮੰਨੇ ਪ੍ਰਮੰਨੇ ਸ਼ਾਇਰ ਸਨ, ਜੀ ਜੀ ਬਿਲਕੁਲ, ਉਹਨਾਂ ਦਾ ਜਾਣਾ ਸਾਡੇ ਪੰਜਾਬੀ ਸਾਹਿਤ ਸਭਾ ਨੂੰ, ਪੂਰੇ ਸਮੂਹ ਜਗਤ ਨੂੰ ਬਹੁਤ ਵੱਡਾ ਇਕੱਠ ਹੈ, ਅਤੇ ਅਸੀਂ ਦੁਆਈ ਕਰ ਸਕਦੇ ਹਾਂ ਕਿ ਉਹ ਜਿੱਥੇ ਵੀ ਜਾਣ, ਜਿੱਥੇ ਵੀ ਹੋਣਗੇ, ਬਸ ਆਪਣੇ ਉਸ ਅਕਾਲ ਪੁਰਖ ਦੀ ਬਿਲਕੁਲ ਜੀ ਆਪਣੀ ਪੀਸਫੁਲ ਲਾਈਫ ਜੋ ਉੱਥੇ ਬਿਤਾ ਕੇ ਗਏ ਆ, ਅਤੇ ਉਸੇ ਤਰ੍ਹਾਂ ਆਪਣਾ ਜੀਵਨ ਜਿਹੜਾ ਸਫਲਾ ਕੀਤਾ ਉਹਨਾਂ ਨੇ, ਬਹੁਤ ਹੀ ਇੱਕ 91 ਈਅਰ ਜਿਹੜੇ ਕੰਪਲੀਟ ਕੀਤੇ ਉਹਨਾਂ ਨੇ, 92 ਈਅਰ ਸੀਗੇ, ਅਤੇ ਬਹੁਤ ਵੱਡਾ ਉਹਨਾਂ ਨੂੰ ਮਾਣ ਮਿਲਿਆ ਹੈ, ਔਰ ਮਾਣ ਤਾਂ ਇਹ ਆ ਕਿ ਉਹਨਾਂ ਨੇ ਸਾਡੇ 'ਤੇ ਬਹੁਤ ਵੱਡਾ ਇੱਡਾ ਵੱਡਾ ਸਾਹਿਤ ਰਚ ਕੇ ਇਹ ਆਸਾਨ ਕੀਤਾ ਹੈ, ਜੀ ਜੀ ਬਿਲਕੁਲ, ਅਤੇ ਆਪਾਂ ਆਪਣੀਆਂ ਕਲਮਾਂ ਦੇ ਨਾਲ ਮੀਡੀਆ ਨਾਲ ਕੋਸ਼ਿਸ਼ ਕਰਾਂਗੇ ਉਸਨੂੰ ਅੱਗੇ ਲਿਜਾਉਣ ਦੀ।